ਅਗਰ ਤੁਹਾਡੇ ਮੁਹੱਲੇ ਦੇ ਵਿੱਚ ਵੀ ਕੂੜਾ ਚੁੱਕਣ ਵਾਲੇ ਕਿ ਜਾਂ ਕਹਿ ਲਓ ਲਿਫਾਫੇ ਚੁੱਕਣ ਵਾਲੇ ਘੁੰਮਦੇ ਹੁੰਦੇ ਨੇ ਮੋਢੇ ਦੇ ਉੱਤੇ ਇੱਕ ਬੋਰੀ ਰੱਖ ਕੇ ਕਿ ਤੁਸੀਂ ਸਾਵਧਾਨ ਹੋ ਜਾਓ ਕਿਤੇ ਇਹ ਤੁਹਾਡਾ ਸਮਾਨ ਹੀ ਕਰੋਨਾ ਚੁੱਕ ਕੇ ਲੈ ਜਾਣ। ਅੰਮ੍ਰਿਤਸਰ ਦਾ ਇੱਕ ਮਾਮਲਾ ਸਾਹਮਣੇ ਆਇਆ ਸ਼੍ਰੀ ਗੁਰੂ ਅਰਜਨ ਨਗਰ ਦਾ, ਜਿੱਥੇ ਕਿ ਇੱਕ ਲਿਫਾਫੇ ਚੁੱਕਣ ਵਾਲਾ ਨੌਜਵਾਨ ਜੋ ਕਿ ਦੇਖਣ ਦੇ ਵਿੱਚ ਨਸ਼ੇੜੀ ਹੀ ਲੱਗਦਾ ਹੈਗਾ ਆ, ਪੇਠ ਉੱਤੇ ਇੱਕ ਵੱਡੀ ਬੋਰੀ ਚੁੱਕ ਕੇ ਘੁੰਮਦਾ ਆਇਆ ਨਜ਼ਰ ਆਉਂਦਾ ਸੀ। ਲੇਕਿਨ ਬੀਤੇ ਦਿਨੀ ਉਹਨੇ ਇੱਕ ਘਰ ਦੇ ਵਿੱਚੋਂ ਅੰਦਰ ਵੜ ਕੇ ਦਾ ਗੇਟ ਉੱਤੇ ਚੜ੍ਹ ਕੇ ਕੁਰਸੀ ਜਿਹੜੀ ਹੈਗੀ ਆ ਉਹ ਚੁੱਕ ਕੇ ਆਪਣੇ ਬੈਗ ਦੇ ਵਿੱਚ ਜਿਹੜਾ ਵੱਡਾ ਉਹਦਾ ਕੋਈ ਬੋਰਾ ਹੁੰਦਾ ਉਹਦੇ 'ਚ ਪਾ ਕੇ ਉੱਥੋਂ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ। ਇਹ ਤੁਹਾਨੂੰ CCTV ਦਿਖਾਉਣੇ ਪਏ ਗਏ ਆ, ਹੈਰਾਨੀਜਨਕ ਵੀਡੀਓ ਦਿਖਾਉਣੇ ਪਏ ਗਏ ਜਿਹਨੂੰ ਦੇਖ ਕੇ ਤੁਹਾਡੇ ਰੋਂਗਟੇ ਹੀ ਖੜ੍ਹੇ ਹੋ ਜਾਣਗੇ ਕਿ ਦਿਨ ਦਿਹਾੜੇ ਚਿੱਟੇ ਦਿਨ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕਰ ਗਿਆ ਇਹ ਨਸ਼ੀੜੀ ਮੁੰਡਾ। ਉਹ ਤੋਂ ਬਾਅਦ ਇਹਦੀ ਭਾਲ ਤਾਂ ਕੀਤੀ ਜਾ ਰਹੀ ਹੈ, ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਆਪਦੇ ਘਰਾਂ ਦੇ ਵਿੱਚ ਕਿੱਥੇ ਹੁਣ ਸੇਫ ਰਹਿ ਚੁੱਕੇ ਗਏ ਹਾਂ। ਦਿਨ ਦਿਹਾੜੇ ਇਸ ਤਰ੍ਹਾਂ ਦੇ ਨੌਜਵਾਨ ਜੋ ਕਿ ਪਹਿਲਾਂ ਲਿਫਾਫੇ ਦੀ ਆੜ ਦੇ ਵਿੱਚ ਗਲੀ ਗਲੀ ਮੁਹੱਲੇ ਦੇ ਵਿੱਚ ਘੁੰਮਦੇ ਨੇ, ਲਿਫਾਫੇ ਇਕੱਠੇ ਕਰਦੇ, ਪਲਾਸਟਰ ਦਾ ਸਮਾਨ ਇਕੱਠਾ ਕਰਦੇ ਨੇ, ਉਹ ਨਾਲ ਦੇ ਨਾਲ ਤੁਹਾਡੀ ਘਰਾਂ ਦੀ ਜਾਣਕਾਰੀ ਵੀ ਪੂਰੀ ਤਰ੍ਹਾਂ ਰੱਖਦੇ ਹੈਗੇ ਨੇ। ਜਦੋਂ ਜਾਣਕਾਰੀ ਪੂਰੀ ਮਿਲ ਜਾਂਦੀ ਹੈ ਤਾਂ ਫਿਰ ਉੱਥੋਂ ਦੀ ਚੀਜ਼ਾਂ ਚੁੱਕ ਕੇ ਆਪਦੇ ਵੱਡੇ ਬੋਰੇ ਦੇ ਵਿੱਚ ਪਾ ਕੇ ਰਫੂ ਚੱਕਰ ਹੋ ਜਾਂਦੇ ਨੇ। ਹੁਣ ਤੁਸੀਂ ਖੁਦ ਹੀ ਦੇਖ ਲਓ ਵੀਡੀਓ ਅਤੇ ਖੁਦ ਹੀ ਹੋ ਜਾਇਓ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਸ ਤਰ੍ਹਾਂ ਦਾ ਕਾਂਡ, ਬਾਅਦ 'ਚੋਂ ਪੈਣਾ ਪਏਗਾ ਤੁਹਾਨੂੰ ਪਛਤਾਉਣਾ। ਇਸ ਕਰਕੇ CCTV ਪੂਰੀ ਜ਼ਰੂਰ ਦੇਖਿਓ। ਆਹ